ਲੱਖ ਹਜ਼ਾਰ ਨਜ਼ਾਰੇ ਇੱਥੇ ਹਰ ਇੱਕ ਦਿਲ ਨੂੰ ਬਾਵੇ, ਫੇਰ ਵੀ ਮੈਨੂੰ ਰਹਿ ਰਹਿ ਲੋਕੋ ਮਾਂ ਦਾ ਚੇਤਾ ਆਵੇ। ਉਹ ਜਿੱਥੇ ਮਾਂ ਨਾ ਬਾਬੁਲ ਹੋਵੇ ਨਾ ਹੋ ਬੜ ਯਾਰਾਂ ਨੇ, ਚੰਗੇ ਹੋ ਕੇ ਵੀ ਨਹੀਂ ਚੰਗੇ। ਅਸਲਾਮ ਵਾਲੇਕਮ ਜੀ, ਕੀ ਹਾਲ ਆ? ਸਾਰੇ ਠੀਕ? ਉਮੀਦ ਕਰਨੇ ਸਾਰੇ ਠੀਕ ਠਾਕ ਸੋ ਤੇ ਅੱਲਾ ਪਾਕ ਨੇ ਜੋ ਇਮਾਨ ਚੋ ਸੋ ਕਾਫੀ ਜ਼ਿਆਦਾ ਬਿਜ਼ੀ ਸੀ ਕਣਕਾਂ ਨਾਲ ਜੀ, ਕਣਕਾਂ ਦੇ ਦਿਹਾੜੇ ਸੀ ਕਿ ਪਤਾ ਪਹਿਲੇ ਉੱਪਰ ਵੱਢਣੀਆਂ ਜਿਹੜੀਆਂ ਕਣਕਾਂ ਉਹਨਾਂ ਕੀ ਗਾਇਆ, ਫਿਰ ਉਸ ਤੋਂ ਬਾਅਦ ਦੋ ਗਾ ਮੰਗਲਾ ਡੈਮ ਨੇ ਆਪਣੇ ਜ਼ਾਤੀ ਸੇ ਉਹ ਗਾਏ ਤਾਂ ਹੁਣ ਅੱਜ ਵੀ ਮੂਡ ਕੌਣ ਸਾ ਵੀਡੀਓ ਬਣਾਉਣਾ, ਲੇਕਿਨ ਇੱਕ ਰਿਕੁਐਸਟ ਆ ਗਈ ਵੀਡੀਓ ਨਹੀਂ ਉਹ ਵੀਡੀਓ ਪਾਈ ਜੋ ਵੇਦਰਾ ਰਿਕੁਐਸਟ ਕੀਤੀ ਕਿ ਸਾਡਾ ਗਾਇਆ ਜੀ ਉਸਕੀ ਚੀਜ਼ ਲਾਜ਼ਮੀ ਸਾਂ ਵੀਡੀਓ ਸ਼ੂਟ ਕਰੀ ਤਾਂ ਯੂਟਿਊਬ ਪਰ ਲਾਇਆ ਔਰ ਟਿਕਟੋਕ ਵੀ ਅਪਲੋਡ ਕਰਿਆ ਤਾਂ ਅੱਜ ਅਸਾਂ ਜੁਲੇ ਉਹਨਾਂ ਨਾਲ ਗਾਹ ਸੋ ਕਿ ਦੱਸਾਂ ਕਿ ਕਿਸ ਤਰ੍ਹਾਂ ਗਾਹ ਕਰਨਾ ਔਰ ਮੰਗਲਾ ਡੈਮ ਨਾਲ ਗਾਹ ਨਾਲੋਂ ਨਾਲ ਪਾਣੀ ਵੀ ਇਸ਼ਨਾ ਪਿਆ ਤਾਂ ਲੋਕਾਂ ਕੀ ਖਤਰਾ ਵੀ ਆ ਕੇ ਹੋਈ ਸਕਣਾ ਕਣਕਾਂ ਸਾੜੀਆਂ ਡੁੱਬੀ ਜਾਣ। ਕਣਕਾਂ ਕਾਫੀ ਜ਼ਿਆਦਾ ਕੱਪਣ ਗਈਆਂ ਇੱਧਰ ਦਨਗਰੀ ਜਿਹੜੀ ਲੋਕੇਸ਼ਨ ਹੀ ਉਸਨੇ ਪਰ, ਲੇਕਿਨ ਬਹੁਤ ਸਾਰੇ ਲੋਕ ਆ ਲੈ ਉੱਥੇ ਹੀ ਉਹਨਾਂ ਕੀ ਗਾਹਣੇ ਕੀ ਲਏ ਤਾਂ ਜੁਲਾ ਆਹ ਜੁਲੀ ਦੱਸੋ ਕਿ ਦੱਸਣੇ ਆ ਉਹ ਨੀਚੇ ਜਗ੍ਹਾ ਹੀ ਉੱਥੇ ਅਸਾਂ ਜੁਲਾਂ ਉਸ ਜਗ੍ਹਾ ਠੀਕ ਹੈ ਸਾਹਮਣੇ ਤਾਂ ਤੁਸੀਂ ਚੈੱਕ ਕਰ ਸਕਦੇ ਹੋ ਕਾਫੀ ਏਰੀਆ ਖਾਲੀ ਹੈਗਾ, ਲੇਕਿਨ ਇਸ ਸਾਈਡ ਉਹ ਜਿਹੜੀ ਨੁੱਕਰ ਜਿਸ ਕਿ ਦਿਸਣੀ ਨਾ ਉਸ ਜਗ੍ਹਾ ਟਰੈਕਟਰ ਲਾਓ ਥ੍ਰੈਸ਼ਰ ਲਈ ਵੀ ਤਾਂ ਇਸ ਟਾਈਮ ਅਸਾਂ ਉੱਥੇ ਜੁਲਾਂ ਵੀਡੀਓ ਸ਼ੂਟ ਕਰਨੀ। ਹਾਂ ਜੀ ਭਾਈ ਸਿਆਮ, ਕੀ ਹਾਲ ਆ? ਠੀਕ ਹੋ? ਠੀਕ ਠਾਕ ਸਰ, ਸਭ ਠੀਕ ਹੈ। ਤੇ ਕਿਤਨਾ ਗਾ ਗਾਣਾ ਪਿਓ ਇਸਲੇ? ਤਕਰੀਬਨ 50 ਗਾਇਆ ਜੀ ਸਿਆਣਾ। ਦਾਣਾ ਛਾਣ ਕਿਤਨੇ ਕੋਈ ਕੇ? ਸ਼ੁਕਰ ਅੱਲਾ ਜੀ। ਤੇ ਬੜਾ ਗਰਮ ਆ ਤੇ ਕਿਹ ਹੋ ਜਾ ਸਲੋ ਸਲੋ ਕੀਆਂ ਚੱਲਣੀ ਵੀ ਥ੍ਰੈਸ਼ਰ? ਸ਼ੁਕਰ ਥੋੜੀਆਂ ਨੇ ਨੀਲੀ ਹੈ ਜੀ। ਨੀਲੀਆਂ ਹੀ ਗਾਣਾ ਪਿਓ ਸਰ, ਸਭ ਤੋਂ ਪਹਿਲੇ ਤੋਂ ਸ਼ੁਰੂ ਕੀਤੀ ਸੀ। ਬਸ ਕਿਆ ਕਰੀਏ ਜੀ ਨਜ਼ਰੀਨ। ਠੀਕ ਆ ਜੀ, ਲਗੇ ਰਹੋ। ਇਸ ਟਾਈਮ ਚੈੱਕ ਕਰ ਸਕਣਾ ਜੀ ਗਾਹ ਕਰਨਾ ਪਿਆ ਭਾਈ ਜਵੇਦ ਸਰ। ਭਾਈ ਜਵੇਦ ਕਿਤਨਾ ਗਾਹ ਗਾਣਾ ਪਿਆ ਇਸ ਟਾਈਮ? ਚੌਥਾ ਗਾਹ ਗਾਣਾ ਪਿਆ ਜੀ ਇਸ ਟਾਈਮ। ਤੇ ਤੱਕੀ ਸਕਣਾ ਜੀ ਦਾਣੇ ਠੀਕ ਹੈ। ਸੈਮ ਜੀ ਮੰਗਲਾ ਡੈਮ ਵਿੱਚ ਗਾਹ ਕਰਨਾ ਪਿਆ ਜੀ ਪਿੱਛੇ ਅਸਾਂ ਕੀ ਦੱਸਿਆ ਭਾਈ ਜਵੇਦ ਰਾਣੀ ਸਪੈਸ਼ਲ ਰਿਕੁਐਸਟ ਉੱਪਰ ਆਇਆ ਸੋ ਕਿ ਗਾਹ ਵੀ ਦੱਸਿਆ ਨਾਲ ਡਰੋਨ ਵੀਡੀਓ ਵੀ ਦੱਸਾਂ ਤੇ ਬੜੇ ਤੇਜ਼ੀ ਨਾਲ ਲੋਕ ਲਏ ਇੱਧਰ ਸੰਗ ਮੈਂ ਦੱਸਾਂ ਕਿ ਪਾਣੀ ਨਹੀਂ ਕਹਿ ਸਕ ਸੁਰਤ ਹਾਲ ਬੰਦੀ ਕਿ ਜਿਸ ਦੀ ਵਜ੍ਹਾ ਤੋਂ ਲੋਕ ਬੜੇ ਜਲਦੀ ਔਰ ਬੜੀ ਤੇਜ਼ੀ ਨਾਲ ਲਏ ਕਿ ਸਾਡੀਆਂ ਕਣਕਾਂ ਜਿਹੜੀਆਂ ਮੁੱਕੀ ਜਾਣ ਔਰ ਪਾਣੀ ਜਿਹੜਾ ਮੰਗਲਾ ਡੈਮ ਨਾਲ ਉਸ ਨਜ਼ਰ ਨਾ ਹੋ ਜਾਣ। ਇਹ ਉਹ ਚੀਜ਼ ਜੀ ਬਿਲਕੁਲ ਤੱਕੋ ਪਾਣੀ ਉਹ ਜਿਹੀਆਂ ਗਿਆ ਵਾ ਠੀਕ ਹੈ ਇਹ ਉੱਪਰ ਹੋਰ ਸਹੀ ਕਣਕਾਂ ਨਜ਼ਰ ਨਹੀਂ ਹੋ ਸਣ ਤੇ ਇਹ ਕੁਝ ਇੱਥੇ ਕਣਕਾਂ ਦੀਆਂ ਗੱਡੀਆਂ ਪਈਆਂ ਹੋਈਆਂ ਜਿਹੜੀਆਂ ਕਿ ਇਹਨਾਂ ਨਹੀਂ ਆਈਆਂ ਔਰ ਇਹ ਡੁੱਬਣੇ ਤੋਂ ਥੋੜ੍ਹੀਆਂ ਜਿਹੀਆਂ ਭਰਕੀਆਂ ਨੇ ਬਿਲਕੁਲ ਅਗਰ ਤੁਸੀਂ ਨਜ਼ਰ ਮਾਰੋ ਤਾਂ ਕੁਝ ਕਣਕ ਤੁਸਾਂ ਕੀ ਡੁੱਬੀ ਨਜ਼ਰ ਨਹੀਂ ਹੋ ਸੀ ਬਾਕੀ ਇਹ ਤਾਂ ਪਾਣੀ ਆ ਤਾਂ ਇਹ ਥ੍ਰੈਸ਼ ਲਈ ਵੀ ਆਪ ਉਸ ਅੰਦਾਜ਼ਾ ਲਾਈ ਨੋ ਕਿ ਪਾਣੀ ਕਿਤਨਾ ਦੂਰ ਆ ਕਣਕਾਂ ਕੋਲੋਂ। ਸ਼ਹਿਰ ਦੇ ਅੰਦਰ ਆਪਣਾ ਰੰਗ ਜਮਾਉਂਦੇ ਕਸ਼ਮੀਰੀ ਤੇ ਪਾਕਿਸਤਾਨੀ ਹੱਸਦੇ ਨਜ਼ਰੀ ਆਉਂਦੇ ਬ੍ਰੈਡਫੋਰਡ ਬਰਮਿੰਗਮ ਲੰਡਨ ਵਿੱਚ ਨੇ ਸੰਗੀ ਸਾਰੇ ਇਹਨਾਂ ਸ਼ਹਿਰਾਂ ਦੇ ਵਿੱਚ
ਵਿੱਚ ਵਸਦੇ ਪਾਕਿਸਤਾਨੀ ਪਿਆਰੇ ਉਹ ਕੋਟਲੀ ਤੇ ਡੰਡਿਆਲੇ ਵਾਲੇ ਵੀ ਯੂਕੇ ਦੇ ਵਿੱਚ ਵਸਦੇ ਗੁਲਹਾਰ ਸ਼ਰੀਫ ਤੇ ਟਾਂਗਰੀ ਵਾਲੇ ਸੱਚ ਰੱਬ ਦਾ ਰਸਤਾ ਦੱਸਦੇ ਆਸ਼ਿਕ ਪਾਕ ਨਬੀ ਦੇ ਇੱਥੇ ਬੈਠੇ ਰੌਣਕ ਲਾਈ ਇੱਕ ਇੱਕ ਮਸਜਿਦ ਸੋਹਣੀ ਐ ਨਾ ਚਾਵਾਂ ਨਾਲ ਬੜਾਈ ਖੁਸ਼ੀਆਂ ਦੀ ਕੋਈ ਕੂਕ ਸੁਣਾਵੇ ਕੋਈ ਦਿਲ ਦਾ ਦਰਦ ਵਿਖਾਵੇ ਕਿਸੇ ਨੂੰ ਆਵਣ ਯਾਦ ਪਿਆਰੇ ਕੋਈ ਟੁਰ ਵਤਨਾ ਨੂੰ ਜਾਵੇ ਕੋਈ ਟੁਰ ਵਤਨਾ ਨੂੰ ਜਾਵੇ ਜਦੋਂ ਸੂਰਜ ਡੁੱਬਣ ਜਾਂਦਾ ਏ ਕਰ ਯਾਦ ਮੈਨੂੰ ਫਿਰ ਆਉਂਦਾ ਏ ਨਾਲ ਮਾਂ ਦੀ ਯਾਦ ਸਤਾਉਂਦੀ ਏ ਤੇ ਬਾਪੂ ਚੇਤੇ ਆਉਂਦਾ ਏ ਬਾਪੂ ਚੇਤੇ ਆਉਂਦਾ ਏ ਮੈਂ ਸੁਲਤਾਨ ਮੁਸਾਫਰ ਇੱਥੇ ਉਹ ਕੂਚ ਇੱਥੋਂ ਕਰ ਜਾਣਾ ਲੈ ਕੇ ਪਿਆਰ ਤੂੰ ਸਾਡਾ ਸਜਣਾ ਮੈਂ ਟੁਰ ਵਤਨਾ ਨੂੰ ਜਾਣਾ ਅਸਾਂ ਕਿਸੇ ਦੇ